Hello students, I am Safindra Kaur, Assistant Professor, Department of Economics, GGDST College, Haryana, Hoshiarpur. ਅਸੀਂ ਪਿਛਲੇ ਲੈਕਚਰ ਤੋਂ ਸ਼ੁਰੂ ਕੀਤਾ ਸੀ ਰੋਸਟੋਜ਼ ਸਟੇਜਸ ਆਫ ਗਰੋਥ, ਰੋਸਟੋ ਥਿਊਰੀ ਆਫ ਸਟੇਜਸ ਆਫ ਗਰੋਥ. ਉਹਦੇ ਵਿੱਚ ਆਪਾਂ ਕੀਤਾ ਸੀਗਾ ਕਿ ਸਟਾਰਟਿੰਗ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਰੋਸਟੋ ਨੇ 5 ਸਟੇਜਸ ਦਿੱਤੀਆਂ. ਟ੍ਰੈਡੀਸ਼ਨਲ ਸੁਸਾਇਟੀ ਜਿਹੜੀ ਆਪਾਂ ਲਾਸਟ ਲੈਕਚਰ ਦੇ ਵਿੱਚ ਕਰ ਲਈ ਸੀ. ਸੈਕਿੰਡ ਜਿਹੜੀ ਕੰਡੀਸ਼ਨ ਸੀ, ਸੈਕਿੰਡ ਸਟੇਜ ਸੀ ਪ੍ਰੀ ਟੇਕ ਆਫ, ਪ੍ਰੀ ਕੰਡੀਸ਼ਨਸ ਆਫ ਟੇਕ ਆਫ, ਅਤੇ ਤੀਸਰੀ ਕੰਡੀਸ਼ਨ ਟੇਕ ਆਫ ਦੀ ਹੈ. ਚੌਥੀ ਕੰਡੀਸ਼ਨ ਡਰਾਈਵ ਟੂ ਮੈਚੋਰਿਟੀ, ਐਂਡ ਫਿਫਥ ਕੰਡੀਸ਼ਨ ਹੈ ਜਿਹੜੀ ਸਟੇਜ ਹੈ, ਮਤਲਬ ਦ ਸਟੇਜ ਆਫ ਹਾਈ ਮਾਸ ਕੰਜਮਪਸ਼ਨ ਹੈ. ਅੱਜ ਅਸੀਂ ਅਗਲੀਆਂ ਦੋ ਸਟੇਜਸ ਜਿਹੜੀਆਂ ਕਰਾਂਗੇ, ਮੈਂ ਟੇਕ ਆਫ, ਪ੍ਰੀ ਕੰਡੀਸ਼ਨ ਆਫ ਟੇਕ ਆਫ ਅਤੇ ਟੇਕ ਆਫ. ਦ ਟ੍ਰਡੀਸ਼ਨਲ ਸੁਸਾਇਟੀ, ਪਰੰਪਰਾਗਤ ਸਮਾਜ, ਅਸੀਂ ਲਾਸਟ ਲੈਕਚਰ 'ਚ ਫਸਟ ਸਟੇਜ ਕਰ ਲਈ ਸੀ. ਸੈਕਿੰਡ ਸਟੇਜ ਆ ਪ੍ਰੀ ਕੰਡੀਸ਼ਨਸ ਆਫ ਟੇਕ ਆਫ, ਆਤਮ ਸਫੁਰਤੀ ਦੀ ਪੂਰਵ ਸਥਿਤੀ, ਇਹ ਅਸੀਂ ਅੱਜ ਕਰਾਂਗੇ. ਅਤੇ ਤੀਸਰਾ ਆਤਮ ਸਫੁਰਤੀ ਦੀ ਸਟੇਜ ਹੈ, ਤੀਸਰੀ ਸਟੇਜ ਉਹ ਕਰਾਂਗੇ. ਹੁਣ ਸਭ ਤੋਂ ਪਹਿਲਾਂ ਪ੍ਰੀ ਕੰਡੀਸ਼ਨ ਆਫ ਟੇਕ ਆਫ. ਪ੍ਰੀ ਕੰਡੀਸ਼ਨ ਆਫ ਟੇਕ ਆਫ ਕੀ ਹੁੰਦੀ ਹੈ? ਇਹ ਜਿੱਦਾਂ ਟੇਕ ਆਫ ਤੋਂ ਪਹਿਲਾਂ, ਮਤਲਬ ਪ੍ਰੀ ਕੰਡੀਸ਼ਨ ਤੋਂ ਨਾਮ ਹੀ ਪਤਾ ਲੱਗਦਾ, ਵਿਕਾਸ ਜਿਹੜਾ ਆ ਉਹਦੀ ਹਾਲਾਤ ਆ ਜਾਣ, ਵਿਕਾਸ ਹੋ ਜਾਏ ਉਹ ਤੋਂ ਪਹਿਲਾਂ, ਮਤਲਬ ਆਰਥਿਕ ਵਿਕਾਸ ਦੀ ਇਹ ਅਵਸਥਾ ਲਗਭਗ 100 ਸਾਲ ਦੀ ਅਵਸਥਾ ਆ. ਮਤਲਬ 100 ਸਾਲ ਤੁਹਾਡੀ ਪ੍ਰੀ ਕੰਡੀਸ਼ਨ ਆਫ ਟੇਕ ਆਫ ਰਹਿੰਦਾ ਇਕੋਨਮਿਸਟ ਦੇ ਅਕੋਰਡਿੰਗ. ਔਰ ਰੋਸਟ ਨੇ ਕੀ ਕਿਹਾ, ਵਿਕਾਸ ਦੀ ਦੂਜੀ ਅਰਥ ਅਵਸਥਾ ਵਿੱਚ ਉਹਨਾਂ ਅਰਥ ਅਵਸਥਾਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਜਿਹੜੀਆਂ ਪਰਿਵਰਤਨ ਦੀ ਪ੍ਰਕਿਰਿਆ ਤੋਂ ਗੁਜ਼ਰ ਰਹੀਆਂ ਹੁੰਦੀਆਂ. ਅਤੇ ਇਹ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਆਰਥਿਕ ਵਿਕਾਸ ਆਤਮ ਸਫੁਰਤੀ ਦੀਆਂ ਪੂਰਵ ਦਿਸ਼ਾਵਾਂ ਨੂੰ ਵਿਕਸਿਤ ਕਰਦਾ ਹੈ. ਇਹ ਇੱਕ ਅਜਿਹੀ ਸਥਿਤੀ ਹੈ, ਇਸ ਵਿੱਚ ਆਰਥਿਕ ਵਿਕਾਸ ਜਾਂ ਆਤਮ ਸਫੁਰਤੀ ਦੀ ਅਵਸਥਾ ਵਿੱਚ ਆਉਣ ਦੇ ਯੋਗ ਹੋ ਜਾਂਦੀ ਹੈ. ਮਤਲਬ ਤੁਸੀਂ ਟੇਕ ਆਫ ਵੱਲ ਆਉਣ ਦੇ ਯੋਗ ਹੋ ਜਾਂਦੇ ਹੋ. ਟੇਕ ਆਫ ਤੋਂ ਪਹਿਲਾਂ ਦੀ ਕੰਡੀਸ਼ਨ ਆ ਇਹ. ਉੱਦਮੀ ਲਾਭ ਕਮਾਉਣ ਦੇ ਲਈ, ਆਧੁਨਿਕੀਕਰਨ ਲਈ, ਬੱਚਤਾਂ ਨੂੰ ਗਤੀਸ਼ੀਲ ਬਣਾ ਕੇ ਪੂੰਜੀ ਇਕੱਠੀ ਕਰਨ ਦੇ ਲਈ ਤਿਆਰ ਰਹਿੰਦੇ ਆ. ਔਰ ਇਹਦੇ ਫੀਚਰਸ ਕੀ ਹੈਗੇ ਆ? ਵਿਸ਼ੇਸ਼ਤਾਵਾਂ ਇਸ ਅਵਸਥਾ ਦੀਆਂ ਕੀ ਵਿਸ਼ੇਸ਼ਤਾਵਾਂ? ਖੇਤੀ 'ਤੇ ਘੱਟ ਨਿਰਭਰਤਾ, ਲੈਸ ਡਿਪੈਂਡੈਂਸ ਔਨ ਐਗਰੀਕਲਚਰ. ਸਭ ਤੋਂ ਪਹਿਲਾਂ ਤਾਂ ਜਿੱਦਾਂ ਅਸੀਂ ਫਸਟ ਸਟੇਜ ਦੇ ਵਿੱਚ ਕੀਤਾ ਸੀ ਨਾ ਕਿ ਟ੍ਰਡੀਸ਼ਨਲ ਸੁਸਾਇਟੀ ਹੈ ਜਿਹੜੀ, ਉਹਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਜਿਹੜੀ ਮੇਨ ਜਿਹੜੀ ਡਿਪੈਂਡੈਂਸ ਆਪਣੀ ਡੋਮੀਨੈਂਸ ਹੁੰਦੀ ਹੈ ਐਗਰੀਕਲਚਰ ਦੀ, ਪਰ ਇਹਦੇ ਵਿੱਚ ਐਗਰੀਕਲਚਰ ਦੀ ਡਿਪੈਂਡੈਂਸ ਹੈ ਜਿਹੜੀ ਘਟਣ ਲੱਗਦੀ ਆ. ਜਿਹੜੀ ਟ੍ਰਡੀਸ਼ਨਲ ਸੁਸਾਇਟੀ ਦੇ ਵਿੱਚ ਆਊਟਲੁੱਕ ਸੀ ਉਹ ਮਾਡਰਨ ਨਹੀਂ ਸੀ, ਟ੍ਰਡੀਸ਼ਨਲ ਸੀ. ਇਹਦੇ ਵਿੱਚ ਥੋੜ੍ਹੀ ਜਿਹੀ ਆਊਟਲੁੱਕ ਚੇਂਜ ਹੋਣ ਲੱਗਦੀ ਹੈ. ਥੋੜ੍ਹਾ ਜਿਹਾ ਅਸੀਂ ਜਿਹੜੇ ਪੁਰਾਣਾ ਸਿਸਟਮ ਆ, ਟ੍ਰਡੀਸ਼ਨਲ ਸੁਸਾਇਟੀ, ਪੁਰਾਣੀ ਆਊਟਲੁੱਕ ਆ, ਉਹ ਤੋਂ ਥੋੜ੍ਹਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਜਾਂਦੇ ਆ. ਅਤੇ ਅਸੀਂ ਬਹੁਤ ਸਾਰੇ ਜਿਹੜੇ ਆਰਥਿਕ ਸਮੱਸਿਆਵਾਂ ਨੂੰ ਮਹੱਤਵ ਨਹੀਂ ਦਿੰਦੇ, ਸਗੋਂ ਰਾਸ਼ਟਰੀ ਅਤੇ ਕੌਮਾਂਤਰੀ ਖੇਤਰਾਂ ਵਿੱਚ ਕਾਰਜ ਕਰਨ ਲੱਗਦੇ ਹਨ. ਇਸ ਅਵਸਥਾ ਵਿੱਚ ਆਰਥਿਕ ਕਿਰਿਆਵਾਂ ਦੇ ਖੇਤਰ ਦਾ ਵਧੇਰੇ ਵਿਸਥਾਰ ਜਿਹੜਾ ਹੋ ਜਾਂਦਾ. ਦੈਨ ਇਕਨੋਮਿਕ ਐਂਡ ਸੋਸ਼ਲ ਓਵਰਹੈੱਡ ਕੋਸਟ, ਇਹਦੇ ਵਿੱਚ ਸਰਕਾਰਾਂ ਆ ਜਿਹੜੀਆਂ ਉਹ ਆਰਥਿਕ ਅਤੇ ਸਮਾਜਿਕ ਉੱਪਰੀ ਲਾਗਤਾਂ ਜਿਵੇਂ ਸੜਕਾਂ, ਰੇਲਾਂ, ਸਕੂਲਾਂ ਦਾ ਨਿਰਮਾਣ ਕਰਨ ਲੱਗ ਜਾਂਦੀਆਂ. ਜਨਮ ਦਰ 'ਚ ਕਮੀ ਆ ਜਾਂਦੀ ਕਿਉਂਕਿ ਥੋੜ੍ਹੀ ਜਿਹੀ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ, ਇਹ ਥੋੜ੍ਹੀ ਜਿਹੀ ਡਿਵੈਲਪਮੈਂਟ ਵੱਲ ਨੂੰ ਆਪਾਂ ਤੁਰ ਪੈਂਦੇ ਹਾਂ. ਉਹਦੇ ਨਾਲ ਇਹ ਹੁੰਦਾ ਕਿ ਮਜ਼ਦੂਰਾਂ ਦੀ ਜਿਹੜੀ ਮੰਗ ਆ ਉਹ ਘੱਟ ਹੋ ਜਾਂਦੀ ਹੈ. ਇਸਦਾ ਕਾਰਨ ਇਹ ਆ, ਇਸ ਅਵਸਥਾ ਵਿੱਚ ਜਨਮ ਦਰ ਘੱਟ ਹੋ ਜਾਂਦੀ ਹੈ, ਇਸ ਲਈ ਲੋਕਾਂ ਦੀ ਜਨਸੰਖਿਆ ਵਧਾਉਣ ਦੀ ਇੱਛਾ ਘੱਟ ਹੋ ਜਾਂਦੀ ਕਿਉਂਕਿ ਮਜ਼ਦੂਰਾਂ ਦੀ ਜਿਹੜੀ ਮੰਗ ਆ ਉਹ ਘੱਟ ਹੋ ਜਾਂਦੀ. ਥੋੜ੍ਹੀ ਜਿਹੀ ਤੁਸੀਂ ਟੈਕਨੀਕ ਅਡੋਪਟ ਕਰਨੀ ਸ਼ੁਰੂ ਕਰ ਦਿੰਦੇ ਆ, ਉਸ ਤੋਂ ਬਾਅਦ ਵਿਚਾਰਾਂ 'ਚ ਥੋੜ੍ਹੀ ਜਿਹੀ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ, ਮਾਡਰਨ ਵਿਊਜ਼ ਆਉਣੇ ਸ਼ੁਰੂ ਹੋ ਜਾਂਦੇ ਆ. ਉਸ ਤੋਂ ਬਾਅਦ ਇੰਪੋਰਟੈਂਸ ਟੂ ਪਰਸਨਲ ਸਕਿੱਲਸ ਨੂੰ ਮਹੱਤਵ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ. ਇਹਦੇ ਵਿੱਚ ਤੁਹਾਡੀਆਂ ਸਕਿੱਲਸ ਜਿਹੜੀਆਂ ਤੁਹਾਡੀਆਂ ਯੋਗਤਾਵਾਂ ਆ, ਵਿਅਕਤੀਗਤ ਯੋਗਤਾਵਾਂ ਆ, ਉਹਨਾਂ ਦੇ ਵਿੱਚ ਵਾਧਾ ਹੋਣਾ ਲੱਗਦਾ, ਉਹਨਾਂ ਨੂੰ ਮਹੱਤਵ ਮਿਲਣ ਲੱਗਦਾ. ਰੂੜੀਵਾਦਤਾ, ਕੰਜ਼ਰਵੇਟਿਜ਼ਮ ਜਿਹੜਾ ਉਹਦਾ ਅੰਤ ਹੋ ਜਾਂਦਾ, ਉਹ ਰੂੜੀਵਾਦਤਾ ਤੋਂ, ਪੁਰਾਣੇ ਵਿਚਾਰਾਂ ਤੋਂ ਅਸੀਂ ਸੁਤੰਤਰ ਹੋਣੇ ਸ਼ੁਰੂ ਹੋ ਜਾਂਦੇ, ਵਿਕਾਸ ਵੱਲ ਨੂੰ ਵਧਣ ਲੱਗਦੇ ਹਾਂ. ਕੈਪੀਟਲ ਫੋਰਮੇਸ਼ਨ ਹੋਣ ਲੱਗਦੀ ਹੈ ਅਤੇ ਨਿਵੇਸ਼ ਦੀ ਦਰ ਦੇ ਵਿੱਚ ਵੀ ਵਾਧਾ ਹੋ ਜਾਂਦਾ. ਇਹਦੇ ਵਿੱਚ ਇਹ ਕਿਹਾ ਗਿਆ ਕਿ ਰਾਸ਼ਟਰੀ ਆਮਦਨ ਦਾ ਅਸੀਂ 10% ਆਮਦਨ ਦੇ 10% ਤੋਂ ਘੱਟ ਦਾ ਭਾਗ ਆ ਜਿਹੜਾ ਉਹ ਨਿਵੇਸ਼ ਹੋਣ ਲੱਗਦਾ, ਮਤਲਬ 10% ਤੋਂ ਘੱਟ ਜਿਹੜਾ ਉਹ ਨਿਵੇਸ਼ ਹੋਣਾ ਸ਼ੁਰੂ ਹੋ ਜਾਂਦਾ. ਔਰ ਫੋਰਨ ਟ੍ਰੇਡ ਜਿਹੜਾ ਅਸੀਂ ਮਸ਼ੀਨਰੀ ਦਾ, ਪੂੰਜੀਗਤ ਪਦਾਰਥਾਂ ਦਾ ਜਿਹੜਾ ਉਹ ਇੰਪੋਰਟ ਕਰਨਾ ਸ਼ੁਰੂ ਕਰ ਦਿੰਦੇ ਹਾਂ. ਕੱਚਾ ਮਾਲ, ਖਣਿਜ ਪਦਾਰਥ, ਅੱਧ ਬਣੇ ਪ੍ਰੋਡਕਟ ਆ ਜਿਹੜੇ ਉਹ ਆਪਾਂ ਵਾਪਸ ਜਿਹੜੇ ਆ ਐਕਸਪੋਰਟ ਕਰਨੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦਾ ਅਸੀਂ ਐਕਸਪੋਰਟ ਸ਼ੁਰੂ ਕਰ ਦਿੰਦੇ ਹਾਂ. ਔਰ ਆਸਟ੍ਰੇਲੀਆ ਕਹਿੰਦਾ ਸੀਗਾ ਕਿ ਜਿਹੜਾ ਪੱਛਮੀ ਯੂਰਪ ਆ,
17th ਸੈਂਚਰੀ ਦੇ ਐਂਡ 'ਚ ਅਤੇ 18th ਸੈਂਚਰੀ ਦੀ ਸਟਾਰਟਿੰਗ ਦੇ ਵਿੱਚ ਇਹਦੇ ਵਿੱਚ ਸੀ। ਅਤੇ ਭਾਰਤ ਦੇ ਵਿੱਚ ਵੀ ਅਨੁਮਾਨ ਲਗਾਇਆ ਜਾਂਦਾ ਵੀ 1951-52 ਤੋਂ ਜਦੋਂ ਤੋਂ ਯੋਜਨਾਵਾਂ ਸ਼ੁਰੂ ਹੋਈਆਂ ਉਦੋਂ ਤੋਂ ਅਸੀਂ ਇਸੇ ਅਵਸਥਾ 'ਚੋਂ ਲੰਘ ਰਹੇ ਹਾਂ। ਉਸ ਤੋਂ ਬਾਅਦ ਅਗਲੀ ਸਟੇਜ ਹੈਗੀ ਆ ਆਤਮ ਸਫੁਰਤੀ ਦੀ ਸਟੇਜ, ਸਟੇਜ ਆਫ ਦ ਟੇਕ ਆਫ ਸਟੇਜ। ਪਹਿਲੀ ਆਤਮ ਸਫੁਰਤੀ ਤੋਂ ਪਹਿਲਾਂ ਦੀ ਆ, ਪ੍ਰੀ ਟੇਕ ਆਫ ਆ, ਪ੍ਰੀ ਕੰਡੀਸ਼ਨਸ ਆਫ ਟੇਕ ਆਫ ਆ। ਇੱਥੇ ਆਪਾਂ ਹੁਣ ਟੇਕ ਆਫ 'ਤੇ ਜਾਂਦੇ ਹਾਂ। ਇਹ ਆਰਥਿਕ ਵਿਕਾਸ ਦੀ ਇਹ ਇੱਕ ਮਹੱਤਵਪੂਰਨ ਅਵਸਥਾ ਹੈ। ਇਸ ਵਿੱਚ ਅਰਥਵਿਵਸਥਾ ਇਸ ਯੋਗ ਹੋ ਜਾਂਦੀ ਹੈ ਕਿ ਉਹ ਆਪਣੇ ਆਰਥਿਕ ਵਿਕਾਸ ਦੇ ਸੰਬੰਧ ਵਿੱਚ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਕਰਦੀ, ਅਰਥਾਤ ਅਰਥਵਿਵਸਥਾ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਂਦੀ ਹੈ। ਇਹ ਉਹ ਅਰਥ ਅਵਸਥਾ ਹੁੰਦੀ ਹੈ, ਉਹ ਸਟੇਜ ਹੁੰਦੀ ਹੈ ਜਿਸ ਵਿੱਚ ਵਿਕਾਸ ਦੇ ਰਸਤੇ ਵਿੱਚ ਆਉਣ ਵਾਲੀਆਂ ਪੁਰਾਣੀਆਂ ਰੁਕਾਵਟਾਂ ਖਤਮ ਹੋ ਜਾਂਦੀਆਂ। ਇਹ ਉਹ ਸ਼ਕਤੀਆਂ ਜੋ ਪਹਿਲੇ ਵਿਕਾਸ ਦੀਆਂ ਦਰਾਂ ਵਿੱਚ ਥੋੜ੍ਹਾ ਜਿਹਾ ਸਹਿਯੋਗ ਦਿੰਦੀਆਂ ਸਨ, ਵਧੇਰੇ ਸ਼ਕਤੀਸ਼ਾਲੀ ਹੋ ਜਾਂਦੀਆਂ। ਆਰਥਿਕ ਵਿਕਾਸ ਅਰਥਵਿਵਸਥਾ ਦੀ ਇੱਕ ਸਧਾਰਨ ਸਥਿਤੀ ਬਣ ਜਾਂਦਾ। ਔਰ ਇਹਦੇ ਵਿੱਚ ਜਿਹੜੇ ਫੀਚਰਸ ਆ ਉਹ ਹੈਗੇ ਆ ਇਸ ਸੋਸਾਇਟੀ ਦੇ ਵਿੱਚ, ਮਤਲਬ ਇਸ ਸਟੇਜ ਦੇ ਜਿਹੜੇ ਫੀਚਰ, ਸਭ ਤੋਂ ਪਹਿਲਾਂ ਲਾਭ ਦਾ ਪੁਨਰ ਨਿਵੇਸ਼, ਮਤਲਬ ਇਹ ਨਹੀਂ ਹੈ ਕਿ ਇਨਵੈਸਟਮੈਂਟ ਹੀ ਹੁੰਦੀ, ਵੀ ਰੀਇਨਵੈਸਟਮੈਂਟ ਆਫ ਪ੍ਰੋਫਿਟ, ਕਿ ਜਦੋਂ ਤੁਸੀਂ ਇੱਕ ਵਾਰ ਪ੍ਰੋਫਿਟ ਕੀਤਾ ਇੰਟਰਪ੍ਰੀਨਿਓਰ ਨੂੰ, ਪ੍ਰੋਫਿਟ ਇੱਕ ਵਾਰ ਇਨਵੈਸਟਮੈਂਟ ਕੀਤੀ ਇੰਟਰਪ੍ਰੀਨਿਓਰ ਨੂੰ, ਪ੍ਰੋਫਿਟ ਹੋਏਗਾ ਤਾਂ ਪ੍ਰੋਫਿਟ ਨੂੰ ਰੀਇਨਵੈਸਟ ਕਰਦਾ, ਫੋਰਨ ਟ੍ਰੇਡ ਵੀ ਹੋਣ ਲੱਗਦਾ, ਪ੍ਰਾਈਮਰੀ ਪ੍ਰੋਡਕਟਸ ਦਾ ਜਿਹੜਾ ਐਕਸਪੋਰਟ ਕਰਦੇ ਹਾਂ ਆਪਾਂ, ਅਤੇ ਦੂਜੇ ਉਦਯੋਗਾਂ ਅਤੇ ਜਿਹੜੇ ਹੋਰ ਜਿਹੜੇ ਪ੍ਰੋਡਕਟਸ ਆ ਉਦਯੋਗਾਂ 'ਚ ਵਰਤਣ ਵਾਲੇ ਉਹਨਾਂ ਦਾ ਅਸੀਂ ਇੰਪੋਰਟ ਕਰਦੇ ਹਾਂ। ਉਸ ਤੋਂ ਬਾਅਦ ਡਿਮਾਂਡ ਦੇ ਵਿੱਚ ਵਾਧਾ ਹੋ ਜਾਂਦਾ ਕਿਉਂਕਿ ਉੱਦਮੀਆਂ ਨੂੰ ਵਧੇਰੇ ਉਤਸ਼ਾਹ ਮਿਲਦਾ ਵਾ, ਅਤੇ ਇਸ ਸਟੇਜ ਦੇ ਵਿੱਚ ਦੇਸ਼ ਦੇ ਵਿੱਚ ਉਤਪਾਦਿਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਮੰਗ, ਉਪਭੋਗ ਵਸਤੂਆਂ ਦੀ ਮੰਗ ਵੱਧ ਜਾਂਦੀ ਆ। ਇਹਦੇ ਕਰਕੇ ਉੱਦਮੀ ਨੂੰ ਉਤਸ਼ਾਹ ਮਿਲਦਾ, ਇਹਦੇ ਕਰਕੇ ਉਹ ਹੋਰ ਵਿਸਤਾਰ ਕਰਦੇ ਆ, ਉਤਪਾਦਨ ਦੇ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮਿਲਦੇ ਆ, ਪੂੰਜੀ ਦੀ ਪ੍ਰਾਪਤੀ ਬਹੁਤ ਆਸਾਨ ਹੋ ਜਾਂਦੀ ਹੈ। ਉਸ ਤੋਂ ਬਾਅਦ ਪੂੰਜੀ ਦਾ ਐਕਸਪੋਰਟ ਹੋਣਾ, ਇੰਪੋਰਟ ਹੋਣਾ ਸ਼ੁਰੂ ਹੋ ਜਾਂਦਾ, ਮਤਲਬ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਾਡਰਨ ਟੈਕਨੀਕਸ ਤੁਹਾਡੇ ਕੋਲ ਘੱਟ ਆ, ਤੁਸੀਂ ਇੰਗਲੈਂਡ, ਅਮੈਰੀਕਾ, ਸਵੀਡਨ ਵਰਗੇ ਦੇਸ਼ਾਂ ਤੋਂ ਜਿਸ ਤਰ੍ਹਾਂ ਇੰਡੀਆ ਜਿਹੜਾ ਇਸ ਵੇਲੇ ਇੰਪੋਰਟ ਕਰ ਲੈਂਦਾ, ਟੈਕਨੀਕਲ ਡਿਵੈਲਪਮੈਂਟ ਹੋ ਜਾਣ ਲੱਗਦੀ ਆ, ਨਵੀਆਂ ਟੈਕਨੀਕਸ ਦਾ ਪ੍ਰਯੋਗ ਹੋਣ ਲੱਗਦਾ, ਖੇਤੀ ਮਾਡਰਨਾਈਜ਼ ਹੋ ਜਾਂਦੀ ਇਸ ਸਟੇਜ ਦੇ ਵਿੱਚ, ਖੇਤੀ ਦੇ ਵਿੱਚ ਨਵੇਂ ਨਵੇਂ ਢੰਗ ਅਪਣਾਏ ਜਾਂਦੇ ਆ, ਉਤਪਾਦਨ ਦੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਤਕਨੀਕ ਦਾ ਪ੍ਰਯੋਗ ਕੀਤਾ ਜਾਣ ਲੱਗਦਾ, ਅਤੇ ਸਰਕਾਰ ਦੀ ਜਿਹੜੀ ਨੀਤੀ ਆ, ਗਵਰਨਮੈਂਟ ਪੋਲਿਸੀ ਆ, ਉਹ ਵੀ ਵਿਕਾਸ ਨੂੰ ਉਤਸ਼ਾਹ ਦੇਣ ਵਾਲੀ ਹੁੰਦੀ ਆ। ਸਰਕਾਰੀ ਉਦਯੋਗ ਵਿੱਚ ਤਕਨੀਕੀ ਵਿਕਾਸ ਦਾ, ਸਰਕਾਰ ਉਦਯੋਗਾਂ ਦੇ ਵਿੱਚ, ਇੰਡਸਟਰੀ ਦੇ ਵਿੱਚ ਟੈਕਨੀਕਲ ਡਿਵੈਲਪਮੈਂਟ ਦਾ ਜਿਹੜਾ ਫੇਵਰ ਕਰਦੀ ਆ, ਸਮਰਥਨ ਕਰਦੀ ਆ, ਨਵੇਂ ਉਦਯੋਗਾਂ ਨੂੰ ਉਤਸ਼ਾਹ ਮਿਲਦਾ ਅਤੇ ਪੂੰਜੀ ਨਿਵੇਸ਼ ਵਿੱਚ ਸਹਾਇਤਾ ਮਿਲਦੀ ਆ। ਇਹ ਵੀ ਕਹਿ ਸਕਦੇ ਹਾਂ ਅਸੀਂ ਕਿ ਆਰਥਿਕ ਵਿਕਾਸ ਦੀ ਇਹ ਜਿਹੜੀ ਪ੍ਰੀ ਟੇਕ ਆਫ ਕੰਡੀਸ਼ਨ ਆ, ਇਹਦੇ ਵਿੱਚ ਉਤਪਾਦਨ ਵੱਧਦਾ, ਮੰਗ ਵੱਧਦੀ, ਨਿਵੇਸ਼ ਵੱਧਦਾ, ਅਤੇ ਨਿਵੇਸ਼ ਦੀ ਦਰ ਵੱਧ ਹੋਣ ਦੇ ਸਿੱਟੇ ਦੇ ਵਜੋਂ ਤੁਹਾਡੀ ਜਿਹੜੀ ਬੱਚਤ ਆ ਉਹ ਵੀ ਫਿਰ ਵਧਣੀ ਸ਼ੁਰੂ ਹੋ ਜਾਂਦੀ ਆ। ਅਤੇ ਇਹ ਸੀ ਸਾਡਾ ਸੈਕਿੰਡ ਸਟੇਜ, ਸਟੇਜ ਆਫ ਟੇਕ ਆਫ ਸਟੇਜ, ਐਂਡ ਜਿਹੜੀਆਂ ਅੱਗੇ ਦੋ ਸਟੇਜਸ ਰਹਿੰਦੀਆਂ, ਫੋਰਥ ਐਂਡ ਫਿਫਥ ਸਟੇਜਸ, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਉਦੋਂ ਤੱਕ ਲਈ ਥੈਂਕਸ, ਮੈਂ ਨਾਲ ਸਟੱਡੀ ਮਟੀਰੀਅਲ ਵੀ ਭੇਜ ਰਹੀ ਹਾਂ, ਜੇਕਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਇਹਦੇ ਵਿੱਚ ਇੱਕ ਡਾਇਗਰਾਮ ਵੀ ਹੈ, ਡਾਇਗਰਾਮ ਨੂੰ ਇੱਕ ਵਾਰ ਧਿਆਨ ਨਾਲ ਦੇਖ ਲਈਓ, ਇਹ ਟੇਕ ਆਫ ਸਟੇਜ ਦੀ ਡਾਇਗਰਾਮ ਹੈ, ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖ ਲਈਓ, ਔਰ ਇਹ ਡਾਇਗਰਾਮ ਮੈਂ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਸਮਝਾਵਾਂਗੀ। ਹੈਗੀ ਥਰਡ ਸਟੇਜ ਟੇਕ ਆਫ ਸਟੇਜ, ਆਤਮ ਸਫੁਰਤੀ ਦੀ ਜਿਹੜੀ ਸਟੇਜ ਆ ਉਸ ਸਟੇਜ ਦੀ ਡਾਇਗਰਾਮ ਆ, ਪਰ ਮੈਂ ਚਾਹੁੰਦੀ ਹਾਂ ਕਿ ਇੱਕ ਵਾਰ ਤੁਸੀਂ ਇਸ ਡਾਇਗਰਾਮ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਆ ਹੋਵੇ, ਅਤੇ ਮੈਂ ਨੈਕਸਟ ਲੈਕਚਰ ਦੇ ਵਿੱਚ ਤੁਹਾਨੂੰ ਡਾਇਗਰਾਮ ਸਮਝਾ ਦਾਂ, ਅਤੇ ਥੋੜ੍ਹਾ ਆਸਾਨ ਰਹਿ ਜਾਏਗਾ। ਇਸ ਲਈ ਸਟੱਡੀ ਮਟੀਰੀਅਲ ਦੇਖ ਲਈਓ, ਉਹਦੇ ਵਿੱਚ ਡਾਇਗਰਾਮ ਤੁਹਾਡੇ ਕੋਲ ਹੋਏਗੀ, ਅਤੇ ਤੁਸੀਂ ਉਸਨੂੰ ਇੱਕ ਵਾਰ ਧਿਆਨ ਦੇ ਦਿਓ ਕਿ ਉਹ ਕਿਸ ਤਰ੍ਹਾਂ ਬਣੀ ਹੈ, ਅਤੇ ਇੱਕ ਵਾਰ ਕੋਸ਼ਿਸ਼ ਕਰੀਓ ਬਣਾਉਣ ਦੀ, ਐਂਡ ਉਸ ਤੋਂ ਬਾਅਦ ਫਿਰ ਅਦਰਵਾਈਜ਼ ਮੈਂ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਸਮਝਾਵਾਂਗੀ ਕਿ ਕੀ ਹੈ ਅਸਲ 'ਚ। ਉਦੋਂ ਤੱਕ ਲਈ ਥੈਂਕ ਯੂ, ਥੈਂਕ ਯੂ ਸੋ ਮੱਚ।